बीच में मेरा ब्लैंक ऐसे गाओ पेट्रोल खत्म हो गया। हाय एवरीवन, नमस्ते, सलाम, सत श्री अकाल, किदा की हाल चाल। आई विश के तुसी सारे रहो फिट एंड फाइन ते चढ़ते सूरज वांगू करते रहो शाइन। ते गाइस, जिदा तुहानू पता है मैं आया होया जमशेदपुर झारखंड दे विच टाटा, ते हुण आया होया मैं अपनी भैन दे घरे, मनदीप नाम उहदा, ते नाल भाई चले आ। हां भाई जी, अपने नाल। हैलो भाई, होर किदा? राह च मिलते हैं। हाँ जी गाइस, राह च जो आप जाने इतने चांडी लाल, तो राह च आता है कि काली माता का मंदिर। हाँ, काली माता मंदिर आ हाईवे आ, इधर हूँ सीधा आप उधर जाना है चांडिल डैम वाल। डैम आ, डैम वाला एरिया है, बाकी जाके देखते हैं उत्थे भी किदा दा एरिया है। हाँ जी गाइस, आ जिहड़ा काली माता का मंदिर है, इत्थे आपां दर्शन कर ले आ, ते हुण आपां इत्थों निकले आ, मतलब कि निकल चले आ। आ देखो, ते इह अपने बंडी भाजी, तुहानूं मैं मिला चुके आ भाजी नाल पहलां वी, मैं अपने बड़े तगड़े हैवी ड्राइवर है भाजी इह साचा पिछे तुहानूं बच्चा नाल ही मिला देवां मैं। इहदा नाम है माही। हैलो। उह आ सरदारनी, उहनूं आपां बच्चा नहीं कहना, उह उहनूं तुसीं जाणदे आ। ते आ काजल आ, ते इह अपना महिंदर आ। ਮਿੰਦਰ ਹੈਲੋ। ਹਾਂ ਮਾਹੀ ਚਾਹ, ਠੀਕ ਹੈ। ਹੁਣ ਆਪਾਂ ਨਿਕਲ ਗਏ ਆ, ਤੇ ਸਾਹਮਣੇ ਪਹਾੜ ਦਾ ਵਿਊ ਦਿਖਾਉਣਾ ਤੁਹਾਨੂੰ ਬੜਾ ਘੈਂਟ। ਕੀ ਬਾਤ ਹੈ ਜੀ। ਗਾਇਜ਼ ਰੋਡ ਦੇਖੋ ਕਿੰਨਾ ਸੋਹਣਾ ਆ। ਗੱਡੀ ਤੇ ਐ ਚੱਲਦੀ ਵੀ ਤਾਂ ਮੱਖਣ ਤੇ ਗਰਮ ਚਾਕੂ ਚੱਲਦਾ ਹੁੰਦਾ ਸਮੂਥਲੀ। ਇਹ ਸੱਚ, ਇਸ ਵਾਰ ਤੇ ਡਰਾਈਵਰ ਸਾਹਿਬ ਵੀ ਦੱਸ ਸਕਦੇ ਆ। ਹਾਂਜੀ ਭਾਜੀ, ਕੀ ਕਹਿ ਸਕਦੇ ਹੋ ਰੋਡ ਬਾਰੇ? ਘੈਂਟ ਨਾ ਰੋਡ, ਸੱਚੀ ਸੀਰੀਅਸਲੀ ਰੋਡ ਬਹੁਤ ਵਧੀਆ। ਭਾਜੀ ਨੇ ਬਿਲਕੁਲ ਸਹੀ ਕੀਤਾ, ਮੇਰੇ ਕੈਮਰੇ ਵੱਲ ਧਿਆਨ ਨਹੀਂ ਦਿੱਤਾ, ਏਦਾਂ ਹੀ ਧਿਆਨ ਪੂਰਾ ਡਰਾਈਵਰੀ ਵੱਲ ਫੋਕਸ ਹੋਣਾ ਚਾਹੀਦਾ ਆ। ਇਹ ਹੁੰਦੀ ਪ੍ਰੋਫੈਸ਼ਨਲ ਬੰਦੇ ਦੀ ਨਿਸ਼ਾਨੀ। ਸਾਡਾ ਰਿਹਾ ਹੁੰਦਾ ਕੈਮਰੇ ਦੇਖ ਕੇ, ਹਾਂਜੀ 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 ਬਹੁਤ ਵਧੀਆ ਰੋਡ ਆ, ਪਰ ਭਾਈ ਦੀ ਬਹੁਤ ਵਧੀਆ ਗੱਲ ਕੀ। ਗਾਈਸ, ਜਿੱਦਾਂ ਕਿ ਤੁਹਾਨੂੰ ਪਤਾ ਪਿਛਲੇ ਦੋ ਦਿਨ ਵਲੋਗ ਆਏ ਆ, ਤੇ ਮੀਂਹ ਤਾਂ ਨਾ ਸਾਡੇ ਮਗਰ ਹੱਥ ਧੋ ਕੇ ਨੀ ਪੂਰਾ ਨਹਾ ਧੋ ਕੇ ਪਿਆ ਆ। ਆ ਦੇਖੋ ਫਿਰ ਮੀਂਹ ਕਿੰਨੀ ਤੇਜ਼ ਆ। ਜਦੋਂ ਤੋਂ ਇੱਥੇ ਆਏ ਨਾ, ਮੀਂਹ ਸਾਡਾ ਖੈੜਾ ਨੀ ਛੱਡਣ ਡਿਆ। ਬਾਕੀ ਹੁਣ ਦੇਖਦੇ ਕੀ ਬਣਦੇ, ਪਤਾ ਨੀ ਕੀ ਚੱਕਰ ਆ। ਜਿੱਥੇ ਜਾਂਦੇ ਪਏ ਨਾ ਇੱਥੇ, ਮਤਲਬ ਕਿ ਜਦੋਂ ਤੋਂ ਜਮਸ਼ੇਦਪੁਰ ਚ ਆਏ ਆ, ਜਿੱਥੇ ਜਾਂਦੇ ਆ ਮੀਂਹ। ਡਲਮਾ ਚੱਲ ਗਿਆ। ਹਾਂਜੀ ਹਾਂਜੀ, ਆਹ ਦੇਖੋ ਗਾਈ ਜੋ ਡਲਮਾ ਵਾਈਲਡ ਲਾਈਫ ਸੈਂਚਰੀ, ਇਹਦਾ ਵੀ ਤੁਹਾਨੂੰ ਬਲੌਗ ਦਿਖਾਇਆ ਸੀਗਾ, ਉਹਦੇ ਜੇ ਵੀ ਮੀਂਹ ਪੈਂਦਾ ਪਿਆ ਸੀਗਾ। ਦੇਖ ਲਓ, ਪਤਾ ਨੀ ਕੀ ਚੱਕਰ ਆ, ਨੇਚਰ ਨੂੰ ਸਾਡੇ ਨਾਲ ਜ਼ਿਆਦਾ ਜ਼ਿਆਦਾ ਹੀ ਪਿਆਰ ਹੋ ਗਿਆ, ਘੁੰਮਦੇ ਫਿਰਦੇ ਰਹਿੰਦੇ ਨੇ ਤਾਂ ਕਰਕੇ। ਚਲੋ ਹੁਣ ਦੇਖਦੇ ਹਾਂ ਕਿ ਕੀ ਬਣਦੇ, ਮੀਂਹ ਕੀ ਬਣਦਾ, ਮੀਂਹ ਹਟਦਾ ਕਿ ਨਹੀਂ ਹਟਦਾ, ਹੁਣ ਚਾਂਡੀ ਜਾ ਕੇ ਪਤਾ ਲੱਗੂਗਾ। ਲਓ ਜੀ ਗਾਈਸ, ਚਾਂਡਿਲ ਡੈਮ ਹੈ ਜਿਹੜਾ, ਵਾਟਰ ਰਿਸੋਰਸ ਡਿਪਾਰਟਮੈਂਟ ਗੌਰਮੈਂਟ ਆਫ ਝਾਰਖੰਡ, ਆਪਾਂ ਐਂਟਰ ਕਰ ਗਏ ਹਾਂ ਜੀ। ਹੁਣ ਇੱਥੇ ਪਤਾ ਨਹੀਂ ਚੈਕਿੰਗ ਚੁੱਕੀ ਕਿੱਥੇ ਹੋਣੀ ਹੈ, ਚੈੱਕ ਪੋਸਟ ਕਿੱਥੇ ਹੈ ਨਹੀਂ ਪਤਾ, ਅੱਗੇ ਆ ਕੇ ਦੇਖਦੇ ਹਾਂ। ਗਾਈਜ਼, ਹੁਣੇ ਤੁਹਾਨੂੰ ਪਿੱਛੇ ਮੈਂ ਡੈਮ 'ਤੇ ਦਿਖਾ ਦਿੱਤਾ ਸੀਗਾ,
ਪਰ ਆ ਫਿਰ ਇੱਥੇ ਬੋਰਡ ਆ ਗਿਆ ਕਿ ਚਾਂਡੀਲ ਜਲਾਸ਼ੇ ਨੌਕਾ ਵਿਹਾਰ ਤੇ ਸੋਰੀ ਜੇ ਮੇਰੇ ਮੈਂ ਹਿੰਦੀ ਸਹੀ ਤਰੀਕੇ ਨਾਲ ਨਾ ਬੋਲਿਆ ਤੇ ਲਓ ਜੀ ਗਾਇਸ ਗੱਡੀ ਦਾ ਜ਼ੋਰ ਲੱਗਣਾ ਹੋ ਗਿਆ ਸਟਾਰਟ ਐ ਪੂਰੀ ਸਟੀਪ ਚੜ੍ਹਾਈ ਆ ਗਈ ਆ ਤੇ ਹੁਣ ਆਪਾਂ ਉਚਾਈ ਤੇ ਜਾਂਦੇ ਪਏ ਆ ਗਾਇਸ ਸ਼ੁਕਰ ਹੈ ਰੱਬ ਦਾ ਮੀਂਹ ਰੁਕ ਗਿਆ ਤੇ ਧੁੱਪ ਐ ਪੂਰੀ ਨਿਕਲ ਗਈ ਆ ਕੜਾਕੇ ਦੀ ਤੇ ਹੁਣ ਸਾਰੇ ਹਾਏ ਹਾਏ ਕਰਨ ਡੇ ਵੀ ਧੁੱਪ ਆ ਗਈ ਧੁੱਪ ਆ ਗਈ ਚਲੋ ਹੁਣ ਦੇਖਦੇ ਅੱਗੇ ਪਹੁੰਚ ਗਏ ਨਾਲੇ ਆਪਾਂ ਝਾਰਖੰਡ ਪਰਯਟਨ ਆਪਕਾ ਸਵਾਗਤ ਕਰਤਾ ਹੈ ਥੈਂਕ ਯੂ ਝਾਰਖੰਡ ਸਰਕਾਰ ਤੁਹਾਡਾ ਬਹੁਤ ਬਹੁਤ ਤੁਹਾਡਾ ਮਿਹਰਬਾਨੀ ਇੰਨਾ ਮਾਣ ਸਤਿਕਾਰ ਦੇਣ ਲਈ ਸਾਨੂੰ ਗਾਇਸ ਸਲਾਈਡ ਲੱਗੇ ਪੀਣ ਸਾਰੇ ਗਰਮੀ ਬੜੀ ਆ ਅੱਛਾ ਫੋਟੋ ਫੋਟੋ ਸ਼ੂਟ ਵੀ ਹੁੰਦਾ ਪਿਆ ਥੈਂਕ ਯੂ ਵੀ ਕਹਿਣਾ ਹੁੰਦਾ ਠੰਡ ਪੈ ਗਈ ਪਹਿਲੋਂ ਕਹਿਣ ਡੇ ਸੀ ਮੀਂਹ ਆ ਮੀਂਹ ਆ ਤੇ ਹੁਣ ਗਰਮੀ ਨਾ ਇੰਨੀ ਗਰਮੀ ਲੱਗਦੀ ਵੀ ਹੁਣ ਸਾਰੇ ਸਲਾਈਸ ਪੀਣ ਡੇ ਐਂਟਰੀ ਗੇਟ ਆ ਅੰਦਰ ਜਾ ਕੇ ਦੇਖਦੇ ਹੁਣ ਗਾਇਸ ਡੱਕ ਬਤਖ ਆਊਗੀ ਤੇ ਨੀ ਦੰਦੀ ਨਾ ਵੱਡੀ ਹੈਲੋ ਹਾਏ ਕਿੱਦਾਂ ਠੀਕ ਆ ਮੈਂ ਠੀਕ ਆ ਤੂੰ ਦੱਸ ਕਿੱਦਾਂ ਹੈ ਅੱਛਾ ਚੱਲ ਠੀਕ ਆ ਓਕੇ ਮੈਂ ਮਿਲਦਾ ਆ ਕੇ ਹੈ ਬਾਏ ਉਹ ਗਾਇਸ ਜਿੱਥੋਂ ਤੱਕ ਨਿਗਾਹ ਜਾਣ ਡਈ ਆ ਪਾਣੀ ਪਾਣੀ ਆ ਤੇ ਇੱਥੇ ਬੋਟਿੰਗ ਵੀ ਆ ਤੇ ਪੁੱਛਦੇ ਇਹਨਾਂ ਨੂੰ ਕੀ ਹਿਸਾਬ ਦਾ ਬੋਟਿੰਗ ਦਾ ਗਾਇਸ ਚੱਲੇ ਹੁਣ ਸਪੀਡ ਬੋਟ ਆ ਨਾਲੇ ਸਪੀਡ ਬੋਟ ਆ ਨਾ ਜੀ ਸਪੀਡ ਬੋਟ ਆ ਨਾਲੇ 100 ਕਹਿੰਦੇ ਤੇ ਪਰ ਹੈਡ 100 ਆ ਤੇ ਆਪਾਂ ਕਿੰਨੇ ਜਾਣੇ ਬੱਚੇ ਨੂੰ ਕਹਿੰਦੀ ਬਈ ਬੱਚੇ ਦੇ ਵੈਸੇ ਅੱਧੀ ਟਿਕਟ ਹੁੰਦੀ ਜਿੱਦਾਂ ਆਪਣੇ ਪੰਜਾਬ 'ਚ ਨਾ ਬੀਬੀ ਲੜ ਪੈਂਦੀ ਹੁੰਦੀ ਕੰਡਕਟਰ ਨਾਲ ਵੇ ਭਾਊ ਇੱਥੇ ਨਹੀਂ ਉਹ ਹਿਸਾਬ ਮੈਂ ਨਹੀਂ ਫੜਨਾ ਫੜਨਾ ਜੋ ਵੀ ਆ ਰੱਬ ਆਸਰੇ ਜਾਣ ਗਾਈ ਦਾ ਡਰੀ ਜਾਣ ਡੀ ਹੁਣ ਹਾਂਜੀ ਗਾਈ ਲਾਈਫ ਜੈਕਟਾਂ ਪਾ ਲਈਆਂ ਹੁਣ ਸਾਰਿਆਂ ਨੇ ਹੁਣ ਆਪਾਂ ਚੱਲੇ ਹਾਂ ਅੰਦਰ ਸਪੀਡ ਬੋਟ 'ਤੇ I'm not afraid to die.
ਹਾਂਜੀ ਗਾਈਸ ਅੱਜ ਤੁਸੀਂ ਸ਼ਾਰਟ ਰੱਖਿਆ ਬੜੇ ਵਧੀਆ ਗੱਡੀ ਬੰਦ ਕਰਤੀ ਨਾਲੇ ਹੁਣ ਇਹਨਾਂ ਨੇ ਭਾਜੀ ਕਹਿੰਦੇ ਪੈਟਰੋਲ ਖਤਮ ਹੋ ਗਿਆ ਇੱਧਰ ਇਹ ਚ ਗਾਓ ਪੈਟਰੋਲ ਖਤਮ ਹੋ ਗਿਆ ਪਹੁੰਚ ਗਿਆ ਹੁਣ ਅਸੀਂ ਆਪਣੇ ਟਿਕਾਣੇ 'ਤੇ ਅਤੇ ਬਾਕੀ ਬੜਾ ਵਧੀਆ ਐਕਸਪੀਰੀਅੰਸ ਸੀਗਾ ਅਤੇ ਆਉਂਦੇ ਆ ਤਾਂ ਜ਼ਰੂਰ ਤੁਸੀਂ ਵੀ ਐਕਸਪੀਰੀਅੰਸ ਜ਼ਰੂਰ ਕਰੋ ਹਾਂਜੀ ਹਾਂ ਸਪੀਡ ਬੋਰਡ ਵਾਲਾ ਸਪੀਡ ਵਾਲਾ ਸਾਡਾ ਐਕਸਪੀਰੀਅੰਸ ਵੀ ਫਸਟ ਟਾਈਮ ਸੀਗਾ ਚਲੋ ਚੱਲੀਏ ਬੁਲਟ ਜੈਕਟ ਲਾ ਦਿਓ ਹੁਣ ਬੁਲਟ ਜੈਕਟ ਲਾ ਲਈ ਹੁਣ ਆ ਬੁਲਟ ਜੈਕਟ ਆ ਜੀਆਂ ਗਾਈਜ਼ ਆਪਾਂ ਤਾਂ ਬੋਰਡਿੰਗ ਇੰਜੋਏ ਕਰ ਲਈ ਆ ਭਾਈ ਆਪਣੇ ਰਹਿ ਗਏ ਆ ਕਿਉਂ ਕਿਉਂਕਿ ਭਾਈ ਦੀ ਸਰਜਰੀ ਹੋਈ ਆ ਹੈ ਨਾ ਅਤੇ ਤਾਂ ਕਰਕੇ ਡਾਕਟਰ ਨੇ ਕਿਹਾ ਵੀ ਹਜੇ ਰੈਸਟ ਕਰਨੀ ਐਕਟੀਵਿਟੀ ਕਰ ਸਕਦੇ ਪਰ ਹੈਵੀ ਐਕਟੀਵਿਟੀ ਨਹੀਂ ਕਰ ਸਕਦੇ ਤਾਂ ਕਰਕੇ ਇਹਨਾਂ ਨੇ ਬੋਟਿੰਗ ਨਹੀਂ ਕੀਤੀ ਪਰ ਅਸੀਂ ਤਾਂ ਪੂਰਾ ਨਜ਼ਾਰਾ ਲੈਂਦੇ ਹਾਂ ਚਲੋ ਹੁਣ ਚੱਲਦੇ ਇੱਥੋਂ ਅੱਗੇ ਗਾਈਜ਼ ਆ ਜਿਹੜੇ ਆਹ ਆ ਇਹਨਾਂ ਨੂੰ ਭਗਵਾਨ ਬਿਰਸਾ ਮੁੰਡਾ ਕਹਿੰਦੇ ਆ ਅਤੇ ਕਹਿੰਦੇ ਝਾਰਖੰਡ ਦੀ ਆਜ਼ਾਦੀ ਲਈ ਮਤਲਬ ਕਿ ਝਾਰਖੰਡ ਦੇ ਮੈਨੂੰ ਇੰਨੀ ਪ੍ਰੋਪਰ ਐਕੂਰੇਟ ਹਿਸਟਰੀ ਨਹੀਂ ਪਤਾ ਬਟ ਇਹਨਾਂ ਦੇ ਕਾਫੀ ਮਤਲਬ ਕਿ ਇਹਨਾਂ ਦਾ ਬਹੁਤ ਵੱਡਾ ਹੱਥ ਆ ਸ਼ਹੀਦ ਮੰਨੇ ਜਾਂਦੇ ਆ ਬਹੁਤ ਜ਼ਿਆਦਾ ਜਿੱਦਾਂ ਉਹਨਾਂ ਨੇ ਲਿਖਿਆ ਵੀ ਆ ਰੱਬ ਦਾ ਰੂਪ ਭਗਵਾਨ ਮੰਨਦੇ ਇਹਨਾਂ ਨੂੰ ਬਾਕੀ ਮੈਨੂੰ ਹਿਸਟਰੀ ਨਹੀਂ ਇੰਨੀ ਪਤਾ ਹਾਂ ਮੈਨੂੰ ਲੱਗਾ ਵੀ ਇਹ ਦਿਖਾਉਣਾ ਚਾਹੀਦਾ ਅਤੇ ਤਾਂ ਮੈਂ ਦਿਖਾਤਾ ਬਾਕੀ ਹੁਣ ਆਪਾਂ ਉੱਧਰੋਂ ਆ ਗਏ ਹਾਂ ਜਿਹੜੀ ਬੋਟਿੰਗ ਬੋਟਿੰਗ ਵਾਲਾ ਸੀਗਾ ਜਿਹੜਾ ਸਪੀਡ ਬੋਟ ਵਾਲਾ ਉਹ ਦੇਖ ਕੇ ਹੁਣ ਆਪਾਂ ਡੈਮ ਦੇ ਬਿਲਕੁਲ ਉੱਪਰ ਆ ਗਏ ਹਾਂ ਗਾਈਜ਼ ਉਹ ਜਿਹੜੀ ਤੁਹਾਨੂੰ ਕੈਮਰੇ ਦੇ ਮਤਲਬ ਕਿ ਵੀਡੀਓ ਜਿਹੜੀ ਦਿਖਦੀ ਨਾ ਰੋਡ ਜੀ ਆਉਂਦੀ ਆਪਾਂ ਆਇਆ ਜਿਹੜਾ ਤੁਹਾਨੂੰ ਮੈਂ ਡੈਮ ਦਾ ਵਿਊ ਦਿਖਾਇਆ ਨਾ ਆਉਂਦੇ ਹੋਏ ਉਹ ਵਾਲੀ ਰੋਡ ਹੈ ਉੱਥੋਂ ਅਤੇ ਆਹ ਜਿਹੜਾ ਡੈਮ ਆ ਇਹਦਾ ਵਿਊ ਤੁਹਾਨੂੰ ਦਿਖਾਇਆ ਸੀਗਾ ਇੱਥੇ ਦਾ ਉਹਦੇ ਉੱਪਰ ਹੀ ਹੁਣ ਆਪਾਂ ਆ ਗਏ ਹੋਏ ਹਾਂ ਆਪਣਾ ਮਹਿੰਦਰ ਬੋਧ ਅੱਗੇ ਜਾਂਦਾ ਪਿਆ ਸਾਨੂੰ ਲੀਡ ਕਰਦਾ ਪਿਆ ਗਾਈਜ਼ ਆਹ ਦੇਖੋ ਉੱਥੇ ਆ ਗਏ ਆਪਾਂ ਬਿਲਕੁਲ ਟੋਪ 'ਤੇ ਹੀ ਉਹ ਜਿਹੜੀ ਸਾਹਮਣੇ ਰੋਡ ਹੈ ਨਾ ਮੈਂ ਤੁਹਾਨੂੰ ਰੋਡ ਦੇ ਵਿੱਚ ਜਿਹੜਾ ਸ਼ੋਟ ਦਿਖਾਇਆ ਸੀਗਾ ਬਿਲਕੁਲ ਉਹਦੇ ਉੱਪਰ ਹੀ ਆ ਗਏ ਹੋਏ ਆ ਗਾਈਜ਼ ਪਤਾ ਨਹੀਂ ਆਵਾਜ਼ ਸੁਣਦੀ ਪਈ ਕਿ ਤੁਹਾਨੂੰ ਨਹੀਂ ਸੁਣਦੀ ਪਈ ਆਹ ਦੇਖੋ ਬਿਲਕੁਲ ਉਹ ਜਿੱਧਰੋਂ ਪਾਣੀ ਨਿਕਲਦਾ ਪਿਆ ਨਾ ਉਹਦੇ ਐਂ ਪੂਰੇ ਟੋਪ 'ਤੇ ਆਪਾਂ ਆ ਗਏ ਹੋਏ ਹਾਂ ਆਹ ਦੇਖੋ ਜਿਹੜਾ ਡੈਮ ਆ ਬਿਲਕੁਲ ਉਹਦੇ ਟੋਪ 'ਤੇ ਆ ਗਿਆ ਜਿੱਧਰੋਂ ਪਾਣੀ ਨਿਕਲਦਾ ਪਿਆ ਆ ਉਹ ਸਾਹਮਣੇ ਆਹ ਜਿਹੜਾ ਦੇਖਦਾ ਪਿਆ ਨਾ ਇਹ ਆਹ ਰੋਡ ਜਿੱਧਰੋਂ ਆਪਾਂ ਆਏ ਹਾਂ ਜਿਹੜੇ ਤੁਹਾਨੂੰ ਸਾਹਮਣੇ ਸ਼ੋਟ ਦਿਖਾਏ ਸੀਗੇ ਹਾਂਜੀ ਗਾਈਜ਼ ਆਹ ਜਿਹੜਾ ਆਪਾਂ ਡੈਮ ਆ ਇਹਦੇ ਆਪਾਂ ਉੱਪਰੋਂ ਵੀ ਦੇਖ ਲਿਆ ਹੁਣ ਆਪਾਂ ਇੱਥੋਂ ਨਿਕਲਣ ਲੱਗੇ ਹਾਂ ਤੁਹਾਨੂੰ ਆਪਾਂ ਸ਼ੋਟ ਦਿਖਾ ਦਿੱਤੇ ਆ ਅਤੇ ਹੁਣ ਆਪਾਂ ਚੱਲੇ ਹਾਂ ਡੋਬੋ ਹੁਣ ਆਪਾਂ ਉਹ ਕੀ ਆ ਉਹ ਵੀ ਡੈਮ ਆ ਅੱਛਾ ਨਹੀਂ ਉਹ ਲੇਕ ਲੇਕ ਆ ਅੱਛਾ ਅਤੇ ਹੁਣ ਆਪਾਂ ਚੱਲੇ ਹਾਂ ਡੋਬੋ ਉਹ ਇੱਕ ਲੇਕ ਆ ਹੁਣ ਆਪਾਂ ਉੱਧਰ ਚੱਲੇ ਹਾਂ ਅਤੇ ਵਿੱਚ ਵੀ ਜਾ ਸਕਦੇ ਪਾਣੀ ਦੇ ਹੈ ਵਾਹ ਅਤੇ ਕਹਿੰਦੇ ਆਪਾਂ ਲੇਕ ਦੇ ਵਿੱਚ ਵੀ ਆਪਾਂ ਜਾ ਸਕਦੇ ਹਾਂ ਉੱਥੇ ਆਊਗਾ ਨਜ਼ਾਰਾ ਕਿਉਂ ਬੱਚੋ ਸੋਰੀ ਗਾਈਜ਼ ਵੀਡੀਓ ਇੱਥੇ ਆਪਾਂ ਖਤਮ ਕਰਨ ਲੱਗੇ ਹਾਂ ਕਿਉਂਕਿ ਵੀਡੀਓ ਲੰਬੀ ਜ਼ਿਆਦਾ ਹੋ ਜਾਣੀ ਆ ਹਾਂਜੀ ਗਾਈਜ਼ ਪਹੁੰਚ ਗਏ ਆਪਾਂ ਡੋਬੋ ਡੋਬੋ ਪਤਾ ਨਹੀਂ ਲੇਕ ਆ ਪਤਾ ਨਹੀਂ ਕੀ ਆ ਉੱਥੇ ਆਪਾਂ ਪਹੁੰਚ ਗਏ ਅਤੇ ਡੋਬੋ ਵਾਲੀ ਲੋਕੇਸ਼ਨ ਦੇਖਣ ਲਈ ਨੈਕਸਟ ਵੀਡੀਓ ਜ਼ਰੂਰ ਦੇਖਿਓ ਥੈਂਕ ਯੂ ਸੋ ਮੱਚ ਕੀਪ ਸਪੋਰਟਿੰਗ